ਗੁਰੂ ਨਾਨਕ ਦੇਵ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਜੋ ਕਿ ਪੰਜ ਗਰਾਈਆਂ ਕਲਾਂ ਫਰੀਦਕੋਟ ਵਿਖੇ ਸਥਿਤ ਹੈ। ਵਿੱਦਿਆ ਦਾ ਅਦਾਰਾ ਇਹ ਸਕੂਲ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸਹੂਲਤਾਂ ਦੇ ਰਿਹਾ ਹੈ। ਸਕੂਲ ਵਿਖੇ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਮੌਜੂਦ ਹੈ। ਸਕੂਲ ਦਾ ਸਟਾਫ ਹਮੇਸ਼ਾ ਹੀ ਬੱਚਿਆਂ ਨੂੰ ਸਿੱਖਿਆ ਦੇਣ ਲਈ ਤਿਆਰ ਰਹਿੰਦਾ ਹੈ। ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਕਲਚਰਲ ਐਕਟੀਵਿਟੀਜ਼ ਦੇ ਨਾਲ ਵੀ ਜੋੜਿਆ ਜਾਂਦਾ ਹੈ। ਸਾਡੀ ਪੰਜਾਬ ਪੁਲਿਸ ਦੀ ਟੀਮ ਨੇ ਗੁਰੂ ਨਾਨਕ ਦੇਵ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਦਾ ਵਿਸ਼ੇਸ਼ ਦੌਰਾ ਕੀਤਾ। ਆਓ ਨਜ਼ਰ ਮਾਰਦੇ ਹਾਂ ਸਕੂਲ ਦੀਆਂ ਝਲਕੀਆਂ 'ਤੇ। My name is Jaskarn Singh and I am 12th class student. I have a non-medical stream. Our school teachers are very cooperative and supportive. They are very well educated and they give us all knowledge that they have. Our school provides us education not only for exams, they also teach us that how to face opportunities of my life, and also they teach us that how to prepare for all the stages of my life. Our school prepares us to achieve our life goals. Our school is full of discipline and our school is full of greenery also, and this environment inspires us for good studies. In the end, I will say that all my teachers are very good, and especially I thanks to all my teachers and all my friends, and especially to Hakam sir, because they gives us the best knowledge that they have. My name is Kamalpreet Kaur and I am plus 2 non-medical student. I want to tell all of you about my school. This is my last year. Our school gives me many education about my studies, not only about my studies but also about my career. Our school teachers guides us time to time. The teachers of our schools are well qualified. They teach us in a proper way. I believe that this school gives me a bright future and success in my whole life. Hello, hi, Sat Sri Akal. Mera naam Arshdeep Singh hai. Main itthe 2 saal to padh reha haan. ਇਸ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਇਹ ਸਕੂਲ ਬਹੁਤ ਹੀ ਵਧੀਆ ਹੈ। ਮੇਰੇ ਸਬਜੈਕਟ ਆਰਟਸ ਨੇ। ਆਰਟਸ ਦੇ ਨਾਲ ਰਿਲੇਟਡ ਗੱਲ ਕਰੀਏ ਤਾਂ ਇੱਥੋਂ ਸਪੋਰਟਸ ਦੀ ਗੱਲ ਕਰੀਏ ਤਾਂ ਸਪੋਰਟਸ ਇੱਥੇ ਬਹੁਤ ਵਧੀਆ ਨੇ। ਸਾਡੇ ਕੋਲ ਬਹੁਤ ਵਧੀਆ ਗਰਾਊਂਡ ਹੈ। ਇੱਥੋਂ ਦੇ DP ਟੀਚਰ ਸਾਨੂੰ ਬਹੁਤ ਵਧੀਆ ਗਾਈਡ ਕਰਦੇ ਨੇ। ਸਟਾਫ ਦੀ ਗੱਲ ਕਰੀਏ ਤਾਂ ਇੱਥੋਂ ਦਾ ਸਟਾਫ ਬਹੁਤ ਵਧੀਆ ਹੈ। ਸਾਡੀਆਂ ਹਰੇਕ ਸਮੱਸਿਆਵਾਂ ਨੂੰ ਆਪਣੇ ਹਿਸਾਬ ਨਾਲ ਹੱਲ ਕਰਦਾ ਹੈ ਅਤੇ ਸਾਨੂੰ ਹਰ ਪ੍ਰਕਾਰ ਦੀ ਗਾਈਡੈਂਸ ਦਿੰਦਾ ਹੈ। ਮੈਨੂੰ ਕਰੀਅਰ ਦੇ ਹਿਸਾਬ ਨਾਲ ਇਹਨਾਂ ਨੇ ਬਹੁਤ ਵਧੀਆ ਗਾਈਡੈਂਸ ਦਿੱਤੀ ਹੈ, ਜਿਸ ਨਾਲ ਮੈਂ ਆਪਣੇ ਅੱਗੇ ਜਾ ਕੇ ਆਪਣਾ ਵਧੀਆ ਕਰੀਅਰ ਬਣਾ ਸਕਾਂਗਾ ਅਤੇ ਸਟੱਡੀ ਵਿੱਚ ਪਲੱਸ 2 ਦੇ ਪੇਪਰਾਂ ਵਿੱਚ ਮੈਂ ਬਹੁਤ ਵਧੀਆ ਪਰਫੋਰਮੈਂਸ ਦੇ ਸਕਾਂਗਾ। ਇਸ ਕਰਕੇ ਆਈ ਥਿੰਕ ਇਟਸ ਬੈਟਰ ਦੈਨ ਅਦਰ ਸਕੂਲਸ। ਥੈਂਕ ਯੂ। ਮੇਰਾ ਨਾਮ ਸਾਗਰ ਸਿੰਘ, ਮੈਂ 12ਵੀਂ ਜਮਾਤ ਦਾ ਵਿਦਿਆਰਥੀ ਹਾਂ। ਮੈਂ ਕਮਰਸ ਸਬਜੈਕਟ ਰੱਖਿਆ ਹੈ। ਇਹ ਸਬਜੈਕਟ ਮੈਨੂੰ ਘਰਦਿਆਂ ਨੇ, ਮੇਰੇ ਟੀਚਰ ਨੇ ਅਤੇ ਮੈਂ ਆਪਣੇ ਆਪ ਸੋਚ ਕੇ ਰੱਖਿਆ, ਕਿਉਂਕਿ ਇਸ ਸਬਜੈਕਟ ਨਾਲ ਕਈ ਤਰ੍ਹਾਂ ਦੀਆਂ ਨੌਕਰੀਆਂ, ਕਈ ਤਰ੍ਹਾਂ ਦੀ ਸਟੱਡੀ ਇੱਧਰ ਬਹੁਤ ਜ਼ਿਆਦਾ ਵਿਕਸਿਤ ਹੈ। ਇਹ ਸਟੱਡੀ ਇਸ ਕਰਕੇ ਕਰੇ ਕਿਉਂਕਿ ਬਾਹਰਲੇ ਦੇਸ਼ਾਂ 'ਤੇ ਜਾਣ ਨਾਲੋਂ ਇੱਥੇ ਹੀ ਕਈ ਤਰ੍ਹਾਂ ਦੀਆਂ ਨੌਕਰੀਆਂ ਮਿਲ ਸਕਦੀਆਂ ਹਨ। ਨੌਕਰੀਆਂ ਜਿਵੇਂ ਕਿ ਬੈਂਕਿੰਗ ਨਾਲ ਕਿਸੇ ਫੈਕਟਰੀ ਵਗੈਰਾ ਵਿੱਚ ਜਾਂ ਕਿਸੇ ਮੌਲ ਦੇ ਵਿੱਚ ਮਿਲ ਸਕਦੀ ਹੈ। ਇਸ ਨੌਕਰੀ ਦੇ ਨਾਲ ਨਾਲ ਅਸੀਂ ਵਧੀਆ ਵਿਕਸਿਤ ਹੋ ਸਕਦੇ ਹਾਂ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਹ ਸਬਜੈਕਟ ਦੀ ਥੋੜ੍ਹੀ ਜ਼ਿਆਦਾ ਮੰਗ ਹੋ ਰਹੀ ਹੈ। ਇਸ ਲਈ ਇਹ ਸਬਜੈਕਟ ਰੱਖਣਾ ਆਪਣੇ ਲਈ ਲਾਹੇਵੰਦ ਹੈ। ਇਸ ਲਈ ਬਾਹਰ ਜਾਣ ਨਾਲੋਂ ਇਹ ਸਬਜੈਕਟ ਹੀ ਇੱਧਰ ਵਧੀਆ ਰੱਖਿਆ ਜਾਵੇ। ਥੈਂਕਸ। ਮਾਈ ਨੇਮ ਇਜ਼ ਚਾਹਤ, ਆਈ ਰੀਡ ਇਨ ਪਲੱਸ 1 ਕਲਾਸ ਇਨ ਮੈਡੀਕਲ ਸਟਰੀਮ। ਅਕੋਰਡਿੰਗ ਟੂ ਮੀ ਦੇਅਰ ਆਰ 2 ਟਾਈਪਸ ਆਫ ਪੇਰੈਂਟਸ। 1 ਇਜ਼ ਅਵਰ ਰੀਅਲ ਪੇਰੈਂਟਸ ਐਂਡ ਅਨਦਰ 1 ਇਜ਼ ਟੀਚਰਸ। ਅਵਰ ਸਕੂਲ ਇਜ਼ ਲਾਈਕ ਅ ਹੋਮ। ਐਜੂਕੇਸ਼ਨਲ ਸਿਸਟਮ ਆਫ ਅਵਰ ਸਕੂਲ ਇਜ਼ ਵੈਰੀ ਗੁੱਡ। ਅਵਰ ਚੇਅਰਮੈਨ ਸਰ, ਪ੍ਰਿੰਸੀਪਲ ਸਰ ਐਂਡ ਆਲ ਦੀ ਟੀਚਰਸ ਆਰ ਵੈਰੀ ਸਪੋਰਟਿਵ। ਦੀ ਟੀਚਰਸ ਆਰ ਪਰਫੈਕਟ ਇਨ ਦੇਅਰ ਸਬਜੈਕਟ। ਦੇ ਸੈਟਿਸਫਾਈਡ ਅਵਰ ਨੌਲੇਜ ਥ੍ਰਸਟ। ਦੇ ਟੀਚ ਅਸ ਇਨ ਡਿਫਰੈਂਟ ਵੇਜ਼ ਵਿਚ ਆਰ ਈਜ਼ੀ ਟੂ ਲਰਨ। ਦੇ ਹੈਲਪ ਅਸ ਇਨ ਐਵਰੀ ਮੈਟਰਸ, ਸਿਲੇਬਸ ਐਂਡ ਆਊਟ ਆਫ ਸਿਲੇਬਸ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਨਵਪ੍ਰੀਤ ਕੌਰ ਆ। ਮੈਂ ਇੱਥੇ ਇਸ ਸੰਸਥਾ ਦੇ ਵਿੱਚ GND ਮਿਸ਼ਨ ਸੈਂਟਰ ਸਕੂਲ ਦੇ ਵਿੱਚ ਪਿਛਲੇ 7-8 ਸਾਲ ਤੋਂ ਕਰੀਬ ਪੜ੍ਹਾ ਰਹੀ ਹਾਂ। ਮੇਰੇ ਕੋਲੋਂ ਇੱਥੇ ਬਹੁਤ ਸਾਰੇ ਸਟੂਡੈਂਟ ਆ ਜਿਹੜੇ ਐਜੂਕੇਸ਼ਨ ਲੈ ਕੇ ਗਏ ਆ, ਜਿਨ੍ਹਾਂ ਨੂੰ ਕਿ ਪ੍ਰੋਪਰ ਟਾਈਮ ਟੂ ਟਾਈਮ ਅਸੀਂ ਗਾਈਡੈਂਸ ਵੀ ਦਿੰਦੇ ਹਾਂ, ਚਾਹੇ ਉਹ ਮੈਂ ਹੋਵਾਂ, ਚਾਹੇ ਉਹ ਸਾਡੇ ਪ੍ਰਬੰਧਕ ਹੋਣ, ਸਰਦਾਰ ਹਾਕਮ ਸਿੰਘ ਬਰਾੜ ਪ੍ਰਿੰਸੀਪਲ ਹੋਣ, ਸ਼੍ਰੀ ਸੰਦੀਪ ਕੁਮਾਰ ਜਾਂ ਕੋਈ ਹੋਰ ਸਟਾਫ ਮੈਂਬਰ ਵੀ, ਕੋਈ ਵੀ ਹੈਗਾ ਜਿਹੜੇ ਉਹ ਇੰਨੇ ਕੁਆਲੀਫਾਈਡ ਹੈਗੇ ਆ ਕਿ ਉਹ ਟਾਈਮ ਟੂ ਟਾਈਮ ਬੱਚਿਆਂ ਨੂੰ ਪ੍ਰੋਪਰ ਗਾਈਡੈਂਸ ਦਿੰਦੇ ਆ, ਜਿਸ ਵਜ੍ਹਾ ਕਰਕੇ ਕਿ ਬੱਚੇ ਆ ਸਾਡੇ ਉਹ ਲਾਈਫ ਵਿੱਚ ਜ਼ਿਆਦਾ ਸਕਸੈਸਫੁਲ ਹੁੰਦੇ ਆ, ਚਾਹੇ ਉਹ ਇਨ ਇੰਡੀਆ ਹੋਵੇ, ਚਾਹੇ ਉਹ ਅਬਰੋਡ ਹੋਵੇ, ਕਿਤੇ ਵੀ ਜਾਣਾ ਹੋਵੇ ਉਹਨਾਂ ਨੇ ਉਹ ਚੰਗੀ ਸਕਸੀਡ ਹਾਸਲ ਕਰਦੇ ਆ। ਇਸ ਤੋਂ ਬਿਨਾਂ ਸਾਡੇ ਸਕੂਲ ਦੇ ਵਿੱਚ ਪ੍ਰੋਪਰ ਟਾਈਮ ਟੂ ਟਾਈਮ ਬੱਚਿਆਂ ਨੂੰ ਮੋਰਲ ਐਜੂਕੇਸ਼ਨ ਦਿੱਤੀ ਜਾਂਦੀ ਆ, ਹੋਰ ਐਕਟੀਵਿਟੀਜ਼ ਜਿਹੜੀਆਂ ਕਰਵਾਈਆਂ ਜਾਂਦੀਆਂ ਜਿਹਦੇ ਵਿੱਚ ਕੰਪੀਟੀਸ਼ਨ ਆ ਜਾਂਦੇ ਆ, ਕੁਇਜ਼ ਕੰਪੀਟੀਸ਼ਨ ਆ, ਬੱਚੇ ਬਾਹਰ ਪਾਰਟੀਸਪੇਟ ਕਰਨ ਜਾਂਦੇ ਆ, ਖੇਡਣ ਜਾਂਦੇ ਆ, ਜਿਵੇਂ ਸਟੇਟ ਪੱਧਰ 'ਤੇ ਵੀ ਬੱਚੇ ਜਾਂਦੇ ਆ,
ਫਿਰ ਬਾਕੀ ਬੱਸ ਫੈਸਿਲਿਟੀਜ਼ ਬਹੁਤ ਵਧੀਆ ਨੇ ਇੱਥੋਂ ਇੱਥੇ ਵੀ ਨਾਲ ਨਾਲ ਦੇ ਜਿੰਨੇ ਵੀ ਪਿੰਡ ਹੈਗੇ ਆ ਉਹ ਸਾਰੇ ਬੱਚੇ ਇੱਥੇ ਬਾਏ ਬੱਸ ਆਉਂਦੇ ਆ। ਸਾਡੀ ਟਰਾਂਸਪੋਰਟ ਆ ਜਿਹੜੀ ਆ ਉਹ ਨਾਲ ਦੇ ਜਿੰਨੇ ਵੀ ਸਾਡੇ ਨੇੜੇ ਤੇੜੇ ਦੇ ਪਿੰਡ ਆ ਉਹਨਾਂ ਸਾਰਿਆਂ ਦੇ ਵਿੱਚ ਜਾਂਦੀ ਆ ਅਤੇ ਉਹਨਾਂ ਨੂੰ ਇੱਥੇ ਸਹੀ ਗਾਈਡੈਂਸ ਜਿਹੜੀ ਉਹ ਦਿੱਤੀ ਜਾਂਦੀ ਆ। ਪਲੱਸ ਉਹਨਾਂ ਨੂੰ ਜੇ ਈਵਨ ਕਿ ਉਹਨਾਂ ਨੂੰ ਐਜੂਕੇਸ਼ਨ ਮਤਲਬ ਕਿ ਕੋਈ ਪ੍ਰੋਬਲਮ ਆ ਉਹ ਵੀ ਉਹਨਾਂ ਦੀ ਸੋਲਵ ਕੀਤੀ ਜਾਂਦੀ ਆ, ਚਾਹੇ ਉਹਨਾਂ ਦੀ ਪਰਸਨਲ ਪ੍ਰੋਬਲਮ ਆ ਬੱਚੇ ਉਹ ਵੀ ਸਾਡੇ ਨਾਲ ਆ ਕੇ ਸ਼ੇਅਰ ਵੀ ਕਰਦੇ ਆ, ਅਸੀਂ ਉਹਨਾਂ ਨੂੰ ਸਹੀ ਰਾਹ ਵੀ ਦਿਖਾਉਂਦੇ ਹਾਂ, ਉਹਨਾਂ ਦੀ ਪ੍ਰੋਬਲਮ ਨੂੰ ਸੋਲਵ ਵੀ ਕਰਦੇ ਹਾਂ। ਸਾਰਾ ਸਟਾਫ ਹੀ ਇੱਥੇ ਕੁਆਲੀਫਾਈਡ ਆ, ਹਰੇਕ ਸਬਜੈਕਟ ਦਾ ਇੱਕ ਵੈੱਲ ਕੁਆਲੀਫਾਈਡ ਟੀਚਰ ਸਾਡੇ ਕੋਲ ਰੱਖਿਆ ਹੋਇਆ ਜਿਹੜੇ ਕਿ ਬੱਚਿਆਂ ਦੇ ਇੰਟਰਸਟ ਦੇ ਅਕੋਰਡਿੰਗਲੀ ਉਹਨਾਂ ਨੂੰ ਟਾਈਮ ਟੂ ਟਾਈਮ ਉਹਨਾਂ ਨੂੰ ਗਾਈਡ ਕਰਦਾ ਰਹਿੰਦਾ, ਉਹਨਾਂ ਨੂੰ ਅੱਗੇ ਦੇ ਲਾਈਫ ਵਾਸਤੇ ਪ੍ਰੈਪਰੇਟ ਕਰਦਾ, ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਤਿਆਰੀ ਕਰਵਾਈ ਜਾਂਦੀ ਹੈ ਤਾਂ ਜੋ ਬੱਚਾ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਲਾਈਫ ਦੇ ਵਿੱਚ ਕਦੇ ਵੀ ਉਹ ਰੁਕੇ ਨਾ, ਡਿੱਗੇ ਨਾ, ਜਾਂ ਉਹ ਘਬਰਾਵੇ ਨਾ, ਉਹੋ ਜਿਹੀ ਇਹਨਾਂ ਨੂੰ ਗਾਈਡੈਂਸ ਦੇ ਕੇ ਅੱਗੇ ਤੋਰਿਆ ਜਾਂਦਾ। ਥੈਂਕ ਯੂ ਜੀ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਸ਼੍ਰੀ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੈਂਡਰੀ ਸਕੂਲ ਪੰਜਗਰੇ ਕਲਾਂ 1980 ਤੋਂ ਲੈ ਕੇ ਬੜੀ ਬਾਖੂਬੀ ਨਾਲ ਚੱਲ ਰਿਹਾ ਹੈ। ਇਹਨੇ ਇਲਾਕੇ ਦੀ ਬਹੁਤ ਜ਼ਿਆਦਾ ਸੇਵਾ ਕਰਦਾ ਆ ਰਿਹਾ ਹੈ। ਇੱਥੇ ਮੈਡੀਕਲ, ਨੋਨ ਮੈਡੀਕਲ, ਕਮਰਸ ਅਤੇ ਆਰਟਸ ਗਰੁੱਪ ਦੇ ਸਾਰੇ ਵਿਸ਼ਿਆਂ ਦੀ ਪੜ੍ਹਾਈ ਕਰਾਈ ਜਾਂਦੀ ਹੈ। ਇੱਥੋਂ ਦੇ ਬੱਚੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਈਲੈਟਸ ਕਰਕੇ ਵਿਦੇਸ਼ਾਂ ਦੇ ਵਿੱਚ ਸੈਟਲ ਹੋ ਚੁੱਕੇ ਹੈ ਅਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇੱਥੇ ਸਰਵਿਸ ਕਰ ਰਹੇ ਆ ਇੱਥੋਂ ਦੇ ਬੱਚੇ ਪੜ੍ਹੇ ਹੋਏ। ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਵੱਲ ਅਤੇ ਬਹੁਤ ਧਿਆਨ ਦਿੱਤਾ ਜਾਂਦਾ ਹੈ ਅਤੇ ਇੱਥੋਂ ਦੇ ਬੱਚੇ ਪੜ੍ਹ ਕੇ ਅਤੇ ਵਿੱਦਿਅਕ ਖੇਤਰ ਵਿੱਚ, ਖੇਡਾਂ ਦੇ ਖੇਤਰ ਵਿੱਚ ਅਤੇ ਸਾਰੇ ਪਾਸੇ ਮੱਲਾਂ ਮਾਰ ਰਹੇ ਹੈ। ਅਤੇ ਮੈਂ ਕਾਮਨਾ ਕਰਦਾ ਹੈ ਕਿ ਇਹ ਸਕੂਲ ਦਿਨ ਦੁੱਗਣੀ ਰਾਤ ਚੌਗਣੀ ਉੱਨਤੀ ਕਰੇ। ਧੰਨਵਾਦ। ਸ਼੍ਰੀ ਗੁਰੂ ਨਾਨਕ ਦੇਵ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਪੰਜਗਰੇ ਕਲਾਂ ਵਿਖੇ ਪਿਛਲੇ  10 ਸਾਲਾਂ ਤੋਂ ਮੈਂ ਇੱਥੇ ਬਤੌਰ ਪ੍ਰਿੰਸੀਪਲ ਦੀ ਪੋਸਟ 'ਤੇ ਕੰਮ ਕਰ ਰਿਹਾ। ਸਾਡਾ ਜਿਹੜਾ ਸਕੂਲ ਹੈ ਪਿਛਲੇ 3 ਦਹਾਕਿਆਂ ਤੋਂ ਪੇਂਡੂ ਖੇਤਰ ਵਿੱਚ ਬਹੁਤ ਵਧੀਆ ਸੇਵਾ ਨਿਭਾ ਰਿਹਾ ਅਤੇ ਸਾਡੇ ਸਕੂਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੱਡ ਅੱਡ ਅਸੀਂ ਗਤੀਵਿਧੀਆਂ ਕਰਵਾਉਂਦੇ ਹਾਂ। ਸਾਰੇ ਸਾਡੇ ਕੋਲ ਗਰਾਊਂਡ ਹੈਗੇ ਆ, ਖੇਡ ਮੈਦਾਨ ਹੈਗੇ ਆ, ਲੈਬੋਰਟਰੀਜ਼ ਸਾਡੇ ਕੋਲ ਬਹੁਤ ਹੀ ਵੈੱਲ ਸੈਟਲ ਲੈਬੋਰਟਰੀਜ਼ ਹੈਗੀਆਂ ਔਰ ਇਸ ਦੇ ਨਾਲ ਨਾਲ ਅਸੀਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਹਰ ਤਰ੍ਹਾਂ ਦੀ ਗੇਮ ਦਾ ਵੀ ਇੱਥੇ ਪ੍ਰਬੰਧ ਕੀਤਾ ਹੋਇਆ ਅਤੇ ਸਾਡੇ ਜਿਹੜੇ ਚੇਅਰਮੈਨ ਸਰ ਹੈ ਹਾਕਮ ਸਿੰਘ ਬਰਾੜ ਜੀ, ਉਹਨਾਂ ਦਾ ਯੋਗਦਾਨ ਸਾਡਾ ਬਹੁਤ ਵਧੀਆ ਰਹਿੰਦਾ ਇਸ ਕੰਮ 'ਚ। ਉਹ ਹਮੇਸ਼ਾ ਹੀ ਇਸ ਕੰਮ ਲਈ ਤਿਆਰ ਰਹਿੰਦੇ ਆ ਵੀ ਅਸੀਂ ਇਸ ਚੀਜ਼ ਨੂੰ ਵੱਧ ਤੋਂ ਵੱਧ ਬੱਚਿਆਂ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਦੇਈਏ।
ਅਤੇ ਉਹਨਾਂ ਦੇ ਕਰਕੇ ਹੀ ਅਸੀਂ ਇੱਥੇ ਵਧੀਆ ਕੰਮ ਕਰ ਰਹੇ ਹਾਂ ਹੁਣ। ਅਤੇ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਹਾਂ ਵੀ ਸਾਡੀ ਜਿਹੜੀ ਸੰਸਥਾ ਹੈਗੀ ਆ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇ। ਅਤੇ ਇੱਥੇ ਸਪੋਰਟਸ, ਹਰ ਤਰ੍ਹਾਂ ਦੀ ਸਪੋਰਟਸ ਅਸੀਂ ਕਰਵਾ ਰਹੇ ਹਾਂ। ਸਾਡੇ ਕੋਲ ਵਾਲੀਬਾਲ, ਜੂਡੋ, ਬੈਡਮਿੰਟਨ ਅਤੇ ਹੋਰ ਸਾਰੀਆਂ ਸਪੋਰਟਸ ਦਾ ਵੀ ਪ੍ਰਬੰਧ ਹੈਗਾ। ਅਤੇ ਸਾਰੇ ਸਾਡੇ ਕੋਲ ਗਰਾਊਂਡਸ ਸਪੋਰਟਸ ਦੀ ਅਵੇਲੇਬਲ ਹੈਗੇ, ਤਾਂ ਜੋ ਬੱਚਿਆਂ ਦੇ ਜਿਹੜੇ ਮਾਨਸਿਕ ਵਿਕਾਸ ਦੇ ਨਾਲ ਨਾਲ ਸਰੀਰਕ ਵਿਕਾਸ ਨੂੰ ਵੀ ਅਸੀਂ ਧਿਆਨ 'ਚ ਰੱਖਦੇ ਹਾਂ ਅਤੇ ਉਹਨਾਂ ਦੇ ਸਰਵਪੱਖੀ ਵਿਕਾਸ ਵੱਲ ਅਸੀਂ ਖਾਸ ਧਿਆਨ ਦਿੰਦੇ ਹਾਂ। ਮੈਂ ਹਰਦੀਪ ਕੌਰ, GND ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ, ਪੰਜਗਰਾਈ ਕਲਾਂ ਵਿਖੇ ਪਿਛਲੇ 12 ਸਾਲ ਤੋਂ ਬਤੌਰ ਅਧਿਆਪਕਾ ਵਜੋਂ ਸੇਵਾ ਨਿਭਾ ਰਹੀ ਹਾਂ। ਸਾਡੀ ਇਹ ਸੰਸਥਾ ਹਰ ਖੇਤਰ ਵਿੱਚ ਮੱਲਾ ਮਾਰ ਰਹੀ ਹੈ, ਭਾਵੇਂ ਉਹ ਬੱਚਿਆਂ ਦਾ ਮਾਨਸਿਕ ਵਿਕਾਸ ਹੋਵੇ ਜਾਂ ਸਰੀਰਕ ਵਿਕਾਸ ਜਾਂ ਵਿੱਦਿਅਕ ਦਾ ਹਰ ਕੋਈ ਖੇਤਰ ਹੋਵੇ। ਸਾਡੇ ਸਕੂਲ ਵਿੱਚ ਪੰਜਗਰਾਈ ਤੋਂ ਇਲਾਵਾ ਵੱਖ ਵੱਖ ਪਿੰਡਾਂ ਤੋਂ ਵੀ ਵਿਦਿਆਰਥੀ ਪੜ੍ਹਨ ਲਈ ਆਉਂਦੇ ਹਨ, ਜਿਨ੍ਹਾਂ ਨੂੰ ਲਿਆਉਣ ਲਈ ਬੱਸਾਂ ਦੀ ਵੀ ਸਹੂਲਤ ਸਾਡੇ ਕੋਲ ਉਪਲਬਧ ਹੈ। ਮੈਂ ਇਹ ਕਾਮਨਾ ਕਰਦੀ ਹਾਂ ਕਿ ਮੇਰਾ ਇਹ ਸਕੂਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਧੰਨਵਾਦ।